ਅੰਮ੍ਰਿਤਸਰ ਦੇ ਦਬੁਰਜੀ ਚ ਇੱਕ NRI ਤੇ ਜਾਨਲੇਵਾ ਹਮਲਾ ਕਰਦਿਆਂ ਗੋਲੀਆਂ ਚਲਾਉਣ ਵਾਲੇ ਹਮਲਾਵਰਾਂ ਦੀ ਪੁਲਿਸ ਵੱਲੋਂ ਪਛਾਣ ਕਰ ਲਈ ਗਈ ਹੈ। ਅੰਮ੍ਰਿਤਸਰ ਫੇਰੀ ਤੇ ਉਚੇ ਤੌਰ ਤੇ ਪਹੁੰਚੇ DGP ਸਪੈਸ਼ਲ ਇੰਟਰਨਲ ਸਿਕਿਉਰਿਟੀ RN ਟੋਕੇ ਨੇ ਇਸ ਮਾਮਲੇ ਚ ਖੁਲਾਸਾ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਨੋਂ ਮੋਟਰਸਾਈਕਲ ਸਵਾਰ ਹਮਲਾਵਰਾਂ ਦੀ ਪੁਲਿਸ ਵੱਲੋਂ ਪਛਾਣ ਕਰ ਲਈ ਗਈ ਹੈ ਤੇ ਪਛਾਣੇ ਗਏ ਮੁਲਜ਼ਮਾਂ ਦੇ ਵਿੱਚੋਂ ਇੱਕ ਖਿਲਾਫ NDPS ਐਕਟ ਤੋਂ ਇਲਾਵਾ ਲੜਾਈ ਝਗੜੇ ਦੇ ਮਾਮਲੇ ਦਰਜ ਨੇ, ਜਦਕਿ ਦੂਸਰੇ ਖਿਲਾਫ NDPS ਐਕਟ ਦੇ ਤਹਿਤ ਮਾਮਲੇ ਦਰਜ ਨੇ। ਦੋਵਾਂ ਹਮਲਾਵਰਾਂ ਚੋਂ ਇੱਕ ਜ਼ਲਮ ਤੇ ਕਪੂਰਥਲਾ ਦੇ ਨਾਲ ਸੰਬੰਧਿਤ ਦੱਸਿਆ ਗਿਆ ਹੈ। ਕੇਸ ਦੇ ਵਿੱਚ ਅਸੀਂ ਵੱਖ-ਵੱਖ ਥਾਵਾਂ ਤੇ ਟੀਮੇ ਭੇਜੀ ਹੈਗੀ, ਤਰਨਤਾਰਨ, ਜਲੰਧਰ, ਕਪੂਰਥਲਾ, ਅੰਮ੍ਰਿਤਸਰ ਰੂਰਲ, ਲੋਕਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ। ਤਾਂ ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਜਿਹੜੇ ਦੋ ਵਿਅਕਤੀ ਇੱਥੇ ਆਏ ਸੀਗੇ ਜਿਨ੍ਹਾਂ ਨੇ ਮੋਰਨਿੰਗ ਵਿੱਚ ਆ ਕੇ ਗੋਲੀ ਚਲਾਈ, ਅਸੀਂ ਬੜੀ ਮਿਹਨਤ ਨਾਲ ਉਹਨਾਂ ਦੇ ਨਾਂ ਪਤਾ ਕੀਤੇ ਹੈਗੇ ਅਤੇ ਦੋਨਾਂ ਦੀ ਪਹਿਚਾਣ ਹੋ ਚੁੱਕੀ ਹੈ। ਜਿਹੜੇ ਦੋ ਦੋਸ਼ੀ ਹੈ ਉਹਨਾਂ ਦੀ ਪਹਿਚਾਣ ਹੋ ਚੁੱਕੀ ਹੈ ਅਤੇ ਇਟ ਜਸਟ ਮੈਟਰ ਆਫ ਟਾਈਮ ਕਿ ਅਸੀਂ ਉਹਨਾਂ ਨੂੰ ਕਦੋਂ ਫੜਦੇ ਹੈਗੇ। ਅਤੇ CP ਅੰਮ੍ਰਿਤਸਰ ਉਹਨਾਂ ਦੀ ਟੀਮ, ਸਾਡੀ ਟੀਮ ਇਹਦੇ ਵਿੱਚ ਲੱਗੀ ਹੈਗੀ ਅਤੇ ਹੋਪਫੁਲੀ ਬਹੁਤ ਛੇਤੀ ਅਸੀਂ ਉਹਨਾਂ ਨੂੰ ਫੜ ਲਵਾਂਗੇ। ਕਿ ਚੰਡੀਗੜ੍ਹ ਦੀ ਟੀਮ ਵੀ ਕੰਮ ਕਰੇ ਜਾ ਰਹੀ ਇਸ ਕੇਸ 'ਤੇ। DGP ਸਾਹਿਬ ਵੱਲੋਂ ਬੜੇ ਸਖਤ ਆਰਡਰ ਸੀਗੇ ਕਿ ਇਸ ਕੇਸ ਨੂੰ ਛੇਤੀ ਟਰੇਸ ਕੀਤਾ ਜਾਵੇ। ਸਾਡੀ ਟੀਮਸ ਇਹਦੇ ਵਿੱਚ ਕੰਮ ਕਰ ਰਹੀ ਹੈ, ਇਸ ਕਰਕੇ ਅਸੀਂ 12 ਘੰਟਿਆਂ ਦੇ ਵਿੱਚ ਹੀ ਬੰਦਿਆਂ ਦੀ ਪਛਾਣ ਕਰ ਚੁੱਕੇ ਦੋਸ਼ੀਆਂ ਦੀ ਅਤੇ ਬਾਕੀ ਟੀਮੇ ਲੱਗੀ ਹੈਗੀ ਅਤੇ ਛੇਤੀ ਉਹਨਾਂ ਨੂੰ ਫੜ ਲਵਾਂਗੇ। ਇੱਕ ਕ੍ਰਿਮੀਨਲ ਬੈਕਗ੍ਰਾਊਂਡ ਹੈਗਾ ਜਿਹਦੇ ਖਿਲਾਫ 10 ਪਰਚੇ ਹੈ ਅਤੇ ਕੁਛ ਪਰਚੇ ਹੈਗੇ NDPS ਦੇ, ਕੁਛ ਪਰਚੇ ਹੈਗੇ ਲੜਾਈ ਝਗੜੇ ਦੇ। ਦੂਜਾ ਜਿਹੜਾ ਬੰਦਾ ਹੈਗਾ ਉਹਦੇ ਖਿਲਾਫ NDPS ਦੇ ਪਰਚੇ। ਗੈਂਗ ਨਾਲ ਜੁੜੇ ਹੋਏ ਲੋਕ ਨੇ ਜੀ, ਗੈਂਗਸਟਰ ਇਹ ਹੁਣ ਤੱਕ ਲੱਗਦਾ ਨਹੀਂ ਕਿਸੇ ਗੈਂਗ ਨਾਲ ਜੁੜੇ ਹੈਗੇ। ਦੇਖੋ, ਫੈਮਿਲੀ ਨੂੰ ਕਿਸੇ 'ਤੇ ਸ਼ੱਕ ਹੈਗਾ ਉਹ ਗੱਲ ਵੱਖਰੀ ਹੈ, ਅਸੀਂ ਜਾਵਾਂਗੇ ਜਿਹੜੀ ਤਫਤੀਸ਼ ਹੈ ਉਹਦੇ ਮੁਤਾਬਿਕ ਜਾਵਾਂਗੇ। ਜਦੋਂ ਅਸੀਂ ਇਹਨਾਂ ਨੂੰ ਦੋਸ਼ੀਆਂ ਨੂੰ ਫੜ ਲਵਾਂਗੇ ਉਸ ਤੋਂ ਬਾਅਦ ਫਿਰ ਦੱਸ ਪਾਵਾਂਗੇ ਮੋਟਿਵ ਕੀ ਸੀਗਾ। ਇਹ ਤਾਂ ਕਾਮਨ ਸੈਂਸੀਕਲ ਗੱਲ ਹੈਗੀ ਕਿ ਜਦੋਂ ਬੰਦੀ 'ਤੇ ਪਹੁੰਚ ਗਏ ਉਹਨਾਂ ਦੇ ਹੋਲੀਆ ਕੀ ਸੀਗਾ, ਕਿਸ ਗੱਡੀ 'ਤੇ ਆਏ ਉਹ, ਜਿਹੜੀ ਗੱਡੀ 'ਤੇ ਉਹ ਆਏ ਸੀਗੇ ਉਹ ਗੱਡੀ ਵੀ ਅਸੀਂ ਸਾਨੂੰ ਪਤਾ ਲੱਗ ਗਿਆ ਕਿਸ ਗੱਡੀ 'ਤੇ ਆਏ ਸੀਗੇ, ਮੋਟਰਸਾਈਕਲ ਸੀਗੀ ਅਤੇ ਉਹਦੇ ਬਾਰੇ ਪਤਾ ਲੱਗਿਆ ਸਾਨੂੰ ਅਤੇ ਬਾਕੀ ਜਸਟ ਮੈਟਰ ਆਫ ਅਰੈਸਟਿੰਗ ਦੇ। ਸਰ, ਬਿਲੋਂਗ ਪੰਜਾਬ ਦੇ ਨਾਲ ਹੀ ਕਰਦੇ ਨੇ? ਹਾਂਜੀ ਹਾਂਜੀ, ਇੱਕ ਹੈਗਾ ਕਪੂਰਥਲੇ ਦਾ, ਦੂਜਾ ਹੈਗਾ ਜਲੰਧਰ ਦਾ। ਬਾਕੀ ਸੀ ਪੰਜਾਬ ਪੁਲਿਸ ਬਹੁਤ ਮਿਹਨਤ ਕਰ ਰਹੀ ਹੈਗੀ। ਤਾਂ ਹੁਣ ਇਹ ਦੇਖੋ ਇਸ ਕੇਸ ਵਿੱਚ ਕੁਛ ਹੀ ਘੰਟਿਆਂ ਦੇ, ਮਤਲਬ 12 ਘੰਟੇ ਵੀ ਨਹੀਂ ਹੋਏ, ਹੁਣ 12 ਘੰਟੇ ਦੇ ਵਿੱਚ ਹੀ ਅਸੀਂ ਦੋਨਾਂ ਦੀ ਪਹਿਚਾਣ ਕਰ ਚੁੱਕੇ ਹੈਗੇ ਅਤੇ ਸਾਨੂੰ ਉਮੀਦ ਹੈ ਕਿ ਉਹ ਬੰਦੇ ਛੇਤੀ ਫੜੇ ਜਾਣਗੇ। ਉਹ ਕੰਸਰਨ ਹੈਗੇ ਕਿ ਉਹਨਾਂ ਦੇ ਘਰ ਵਿੱਚ ਆ ਕੇ ਬੰਦਿਆਂ ਨੇ ਗੋਲੀ ਚਲਾਈ ਅਤੇ ਉਹ ਕਹਿੰਦੇ ਸੀਗੇ ਕਿ ਉਹਨਾਂ ਨੂੰ ਜਿਨ੍ਹਾਂ ਨੇ ਗੋਲੀ ਚਲਾਈ ਉਹ ਦੋਸ਼ੀ ਛੇਤੀ ਫੜੇ ਜਾਣ। ਮੈਂ ਉਹਨਾਂ ਨੂੰ ਵਿਸ਼ਵਾਸ ਦਿਲਾਇਆ ਕਿ ਹੋ ਚੁੱਕੀ ਹੈਗੀ ਅਤੇ ਅਸੀਂ ਉਹਨਾਂ ਨੂੰ ਛੇਤੀ ਫੜ ਲਵਾਂਗੇ। ਜਿਸ ਤਰ੍ਹਾਂ ਮੈਨੂੰ ਦੱਸਿਆ CP ਸਾਹਿਬ ਨੇ, FIR ਇਹਨਾਂ ਨੇ 5 ਬੰਦਿਆਂ ਦੇ ਖਿਲਾਫ਼ ਸ਼ੱਕ ਜ਼ਾਹਰ ਕੀਤਾ ਗਾ। ਜਿਹੜੀ ਇਹਨਾਂ ਦੀ ਪਹਿਲੀ ਡਾਟਰ ਇਨ ਲਾਅ ਸੀ ਉਹਦੇ ਮਾਤਾ ਪਿਤਾ, ਉਹਨਾਂ ਇੱਕ ਇਹ ਜਿਹੜਾ ਜ਼ਖਮੀ ਹੋਇਆ ਸੁਖਚੈਨ ਇਹਦਾ ਸਾਡੂ, ਇੱਕ ਸਾਲਾ ਅਤੇ ਇੱਕ ਹੋਰ ਵਿਅਕਤੀ ਆ। 5 ਬੰਦਿਆਂ ਦੇ ਖਿਲਾਫ਼ ਇਹਨਾਂ ਨੇ ਸ਼ੱਕ ਜ਼ਾਹਰ ਕਰਕੇ FIR ਇਹਨਾਂ ਨੇ ਦਰਜ ਕਰਵਾਈ ਆ
ਬਾਕੀ ਸਰ ਨੇ ਤੁਹਾਨੂੰ ਦੱਸਤਾ ਅਸੀਂ ਦੋ ਬੰਦੇ ਜਿਹੜੇ ਇਸ ਕੇਸ ਦੇ ਵਿੱਚ ਜਿਨ੍ਹਾਂ ਨੇ ਅੱਜ ਆ ਕੇ ਮੌਕੇ 'ਤੇ ਇੱਥੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਬੋਥ ਹੈਵ ਬੀਨ ਆਇਡੈਂਟੀਫਾਈਡ ਅਤੇ ਉਹਨਾਂ ਦੇ ਅਰੈਸਟ ਹੋਣ ਤੋਂ ਬਾਅਦ ਹੀ ਇਹ ਵੈਰੀਫਿਕੇਸ਼ਨ ਹੋ ਪਾਵੇਗੀ ਵੀ ਜੋ ਪਰਿਵਾਰ ਦੇ ਐਲੀਗੇਸ਼ਨ ਨੇ ਉਹ ਐਲੀਗੇਸ਼ਨ ਸਹੀ ਨੇ ਜਾਂ ਉਹਦੇ 'ਚ ਕੋਈ ਹੋਰ ਮੋਟਿਵ ਆ ਜਾਂ ਐਗਜੈਕਟ ਮੋਟਿਵ ਕੀ ਆ ਉਹ ਐਗਜੈਕਟਲੀ ਜਿਹੜਾ ਇਨਵੈਸਟੀਗੇਸ਼ਨ ਸਾਰੀ ਕਲੀਅਰ ਹੋਣ ਤੋਂ ਬਾਅਦ ਹੀ ਤੁਹਾਨੂੰ ਕਲੈਰਿਟੀ ਹੋਊਗੀ। ਅਸੀਂ ਇੱਕ ਬੰਦੇ ਨੂੰ ਰਾਊਂਡ ਅਪ ਕੀਤਾ, ਉਹ ਹਲੇ ਸਾਡੇ ਕੋਲ ਪਹੁੰਚਿਆ ਨਹੀਂ, ਉਹਨੂੰ ਰਾਊਂਡ ਅਪ ਕਰਕੇ ਹਾਂਜੀ ਉਹ ਹੁਸ਼ਿਆਰਪੁਰ ਤੋਂ ਜਿਹੜਾ ਇਹਨਾਂ ਨੇ ਪੰਜਾਂ 'ਚੋਂ ਲਿਖਾਇਆ ਸੀ ਇੱਕ ਬੰਦੇ ਰਾਊਂਡ ਅਪ ਕੀਤਾ, ਉਦੋਂ ਵੀ ਪੁੱਛਗਿੱਛ ਕਰਾਂਗੇ ਇੱਥੇ ਆ ਗਿਆ ਅਤੇ ਬਾਕੀ ਜਿਹਨੂੰ ਹੋਰ ਰਾਊਂਡ ਅਪ ਕਰਨ ਦੀ ਲੋੜ ਪਈ ਉਹਨਾਂ ਨੂੰ ਵੀ ਰਾਊਂਡ ਅਪ ਕਰਾਂਗੇ, ਇਨਵੈਸਟੀਗੇਸ਼ਨ ਅਸੀਂ ਤਹਿ ਤੱਕ ਲੈ ਕੇ ਜਾਵਾਂਗੇ ਅਤੇ ਜਲਦੀ ਅਰੈਸਟ ਕਰ ਲਾਂਗੇ ਸਰ। ਇਹ NRI ਦੇ ਨਾਂ 'ਤੇ ਜਿਵੇਂ ਇਸ ਨੂੰ ਹਾਈਲਾਈਟ ਕੀਤਾ ਜਾ ਰਿਹਾ ਉਸ ਤਰ੍ਹਾਂ ਦੀ ਇਹਦੇ ਨਾਲ ਕੋਈ ਇਸ਼ੂ ਨਹੀਂ ਹੈਗਾ, ਐਜ ਆਫ ਨਾਓ ਸਾਡੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੋਂ ਕੋਈ NRI ਨੂੰ ਥਰੈਟ ਕਰਨਾ ਜਾਂ NRI 'ਤੇ ਅਟੈਕ ਕਰਨਾ ਜਾਂ NRI ਦੇ ਕਾਰਨ ਕਰਕੇ ਜੇ ਅਟੈਕ ਹੋਣਾ ਅਜਿਹੀ ਸਾਡੇ ਕੋਲ ਕੋਈ ਐਵੀਡੈਂਸ ਨਹੀਂ ਆਈ। ਇਹ ਇੱਕ ਨੋਰਮਲ ਕ੍ਰਾਈਮ ਆ ਐਜ ਆਫ ਨਾਓ ਦੀ ਇਨਵੈਸਟੀਗੇਸ਼ਨ ਤੋਂ, ਇਹਦੀ ਵੱਧ ਕਲੈਰਿਟੀ ਆ ਜਿਹੜੀ ਉਹ ਕੰਪਲੀਟ ਆ ਜਿਹੜੀ ਸਾਡੀ ਇਨਵੈਸਟੀਗੇਸ਼ਨ ਜਦੋਂ ਤੁਹਾਨੂੰ ਦੱਸਿਆ ਅਰੈਸਟ ਹੋ ਗਏ ਉਹਦੇ 'ਚ ਜੋ ਜੋ ਕਲੈਰਿਟੀ ਆਏਗੀ ਤੁਹਾਨੂੰ ਕਲੀਅਰ ਕਰ ਦਿਆਂਗੇ।